स्वागत है किसान वीरों तुहाडा यूट्यूब चैनल सिद्धक डेयरी फार्मिंग दे विच। किसान वीरो अज जिहड़ी वीडियो बना रहे हैं पिंड गुंदारा तहसील जैतो ते जिला फरीदकोट बरगाड़ी दे बिल्कुल नाल ते नैशनल हाईवे दे उत्ते इह पिंड आउंदा जदों बाजे खाने वाल नूं जाणा होवे बरगाड़ी दे वल्लों। ते इस घर दे विच दोस्तों जिहड़े पशु देखे आ उह वी बहुत चंगे ते खास गल जिहड़ी लगी वी कल्ली कल्ली मझ दा कल्ले कल्ले पशु दा रिकॉर्ड वीर कोल सांभिया होया। कहण दी गल नहीं, सारा रिकॉर्ड जिवें संभालना चाहीदा उसे तरीके दे नाल संभालिया। ते इह वी बाई दसदा वी कटिंगां जिहड़ियां वीर कोलों वी सिफारिश पा के पहलां ही लै जांदे खरीद के, क्योंकि चंगे पशु संभालण दा शौकीन आ बाई ते चंगे पशु घरे तैयार आ। अज दी वीडियो दे विच सामणे जिहड़ी तुसीं झोटी देख रहे हो इह विकाऊ कीती है, बहुत चंगी झोटी दोस्तो, हरेक पक्ष तों बरीक चमड़ी है, बिलकुल सोहणे सिंग है, पूछ विच दो चार वाल जरूर चिट्टे हैगे, बाकी लगभग ये बिल्कुल काली ते पूरी चमड़ी जिहड़ी है उत्तों उहदे चों नाड़ां तुहानूं शरीर दे उत्तों दिसणगियां। सो चंगे कद काठ दी झोटी, इहदे बारे आपां वीडियो बनावांगे, डिटेल बाई तों पुछांगे, तोर के भी तुहानूं इह झोटी दिखाउणी है, चंगी संभी भी है। जिहनूं वी पसंद आ जूगी तसल्ली आप कर लिओ दोस्तो, आ के तुसीं बाई नाल गल्लबात करके सौदा कर सकदे हो। सो आओ इहदी डिटेल पहलां पुछदे हां बाई तों, बाद च तुहानूं तोर के दिखाउणी है। ਬਾਈ ਸਤਿ ਸ਼੍ਰੀ ਅਕਾਲ। ਨਾਮ ਦੱਸੋ ਜੀ ਆਪਣੇ। ਬਾਈ ਜੀ ਗੁਰਪ੍ਰੀਤ ਸਿੰਘ। ਠੀਕ ਹੈ ਗੁਰਪ੍ਰੀਤ ਬਾਈ, ਪਸ਼ੂ ਫਿਰ ਪੁਰਾਣੇ ਹੀ ਰੱਖਦੇ ਹੋ ਘਰ ਦੇ? ਹਾਂਜੀ ਪੁਰਾਣੇ ਰੱਖਦੇ। ਠੀਕ ਹੈ। ਅੱਛਾ, ਜਿਹੜੇ ਚੰਗੇ ਜਿਵੇਂ ਹੁਣ ਤੁਸੀਂ ਰਿਕਾਰਡ ਵਗੈਰਾ ਸੰਭਾਲ ਰਹੇ ਹੋ, ਚੰਗੇ ਪਸ਼ੂ ਸਾਂਭ ਰਹੇ ਹੋ, ਹਾਂਜੀ ਬਾਈ, ਇੱਦਾਂ ਦੇ ਪਹਿਲਾਂ ਤੋਂ ਤੁਰੇ ਆਉਂਦੇ ਆ ਜਾਂ ਸ਼ੌਂਕ ਥੋੜੇ ਟਾਈਮ ਦਾ ਬਣਿਆ? ਇਹ ਆਪਾਂ ਨੂੰ ਬਾਈ ਜੀ 2012 ਤੋਂ ਸ਼ੌਂਕ ਪਿਆ ਗਾ। ਠੀਕ ਹੈ। ਮੁਕਤਸਰ, ਸ੍ਰੀ ਮੁਕਤਸਰ ਸਾਹਿਬ ਆਪਣਾ ਜੋ ਮਾਘੀ ਦਾ ਮੇਲਾ ਲੱਗਦਾ। ਅੱਛਾ। ਤੇ ਉੱਥੇ ਆਪਾਂ ਨੂੰ ਪਤਾ ਹੀ ਆ ਵੀ ਪਸ਼ੂ ਮੇਲਾ ਲੱਗਦਾ। ਬਿਲਕੁਲ। ਉੱਥੇ ਚੰਗੇ ਚੰਗੇ ਝੋਟੇ ਆਉਂਦੇ ਆ ਜੀ, ਜਿਵੇਂ ਆਪਣਾ ਸੁਲਤਾਨ ਹੋ ਗਿਆ, ਜਵਰਾਜ ਹੋ ਗਿਆ, ਅਰਜਨ ਹੋ ਗਿਆ। ਠੀਕ ਹੈ। ਉਹਨਾਂ ਨੂੰ ਵੇਖ ਕੇ ਹੀ ਮੈਨੂੰ ਸ਼ੌਂਕ ਪਿਆ ਹੈ। ਉਹਨਾਂ ਨੂੰ ਦੇਖ ਕੇ ਫਿਰ ਜੀ ਕੀਤਾ ਚੰਗੇ ਟੀਕੇ ਭਰਾਈਏ? ਹਾਂਜੀ ਹਾਂਜੀ। ਅੱਛਾ, ਜਿਹੜੇ ਇਹਨਾਂ ਦੇ ਟੀਕੇ ਭਰਾਉਣੇ ਆ ਫਿਰ ਉਹ ਆਪ ਹੀ ਸਿਲੈਕਟ ਕਰਦੇ ਹੋ ਤੁਸੀਂ? ਹਾਂਜੀ ਬਾਈ ਜੀ, ਆਪ ਹੀ ਕਰਦੇ। ਤੇ ਉਹ ਜਿਹੜੇ ਸਟਾਫ ਆ ਉਹਨਾਂ ਨੂੰ ਸੰਭਾਲ ਕੇ ਰੱਖਦੇ ਹੋ? ਹਾਂਜੀ ਬਾਈ, ਸੰਭਾਲ ਕੇ ਰੱਖਦੇ ਆ, ਸਾਰਾ ਉਹਨਾਂ ਦਾ ਡਾਟਾ ਲਿਖਦੇ ਆ। ਠੀਕ ਹੈ। ਤਰੀਕ ਨੂੰ ਭਰਾਇਆ ਕਿਹੜਾ ਟੀਕਾ, ਭਰਾਇਆ ਕਿਹੜੇ ਸਾਂਭ। ਠੀਕ ਹੈ, ਦਿਖਾਇਓ ਮੜਾ ਡੈਰੀ ਤੇ ਕਿੱਦਾਂ ਸੰਭਾਲਿਆ ਜਾਂਦਾ। ਦੋਸਤੋ ਇਹ ਚੀਜ਼ ਨੋਟ ਕਰ ਲਿਓ, ਹਮੇਸ਼ਾ ਜੇ ਤੁਸੀਂ ਟੀਕੇ ਭਰਾਉਣੇ ਆ ਤੇ ਇਸ ਤਰ੍ਹਾਂ ਤੁਹਾਡੇ ਕੋਲ ਜਵਰਾਜ ਦੀ ਝੋਟੀ ਆ। ਠੀਕ ਹੈ। ਇਹ ਜਵਰਾਜ ਦਾ ਟੀਕਾ ਆ। ਠੀਕ ਹੈ। ਅਰਜਨ ਦਾ ਪਿਆ, ਰਸਮ ਤੇ ਹਿੰਦ ਦਾ, ਆਪਣਾ M29 ਦਾ, M466 ਦਾ ਭਰਾਇਆ ਵਾ, ਹੁਣ ਇਹਦੇ M466 ਲੱਗਿਆ ਹੋਇਆ, ਇਹਦੇ M466 ਲੱਗਿਆ, ਉਹਦਾ ਸਟਰਾ ਹੁਣ ਕੋਲ ਆ। ਹਾਂਜੀ, ਹੁਣ ਆਪਣਾ 10-26-99 ਉਹ ਦੂਜੀ ਝੋਟੀ ਦੇ ਭਰਾਇਆ ਜੀ, ਜਿਹੜੀ ਪਰਲੇ ਪਾਸੇ ਖੜੀ। ਪਹਿਲਾਂ ਜਿਹੜੇ ਮੰਨ ਲਓ ਜਿਵੇਂ ਪਹਿਲਾਂ ਟੀਕੇ ਸੀ ਉਹ ਅਸੀਂ ਨਹੀਂ ਸੰਭਾਲੇ, ਕਿਉਂਕਿ ਪਹਿਲਾਂ ਨਹੀਂ ਪਤਾ ਸੀ ਇਹ ਗੱਲ। ਠੀਕ ਹੈ। ਯਾਨੀ ਇਸ ਝੋਟੀ ਤੋਂ ਲੈ ਕੇ ਇਹਦਾ ਜਿਹੜਾ ਇਹਦਾ ਪਿਓ ਹੈ ਜਵਰਾਜ, ਹੈ ਨਾ, ਤੁਸੀਂ ਦੱਸਿਆ ਉਦੋਂ ਤੋਂ ਲੈ ਕੇ ਜਾਣੀ ਟੀਕੇ ਸੰਭਾਲਣੇ ਸ਼ੁਰੂ ਕੀਤੇ ਆ ਤੁਸੀਂ? ਹਾਂਜੀ। ਠੀਕ ਹੈ। ਅੱਛਾ, ਇਹ ਧੀ ਤਾਂ ਜਵਰਾਜ ਦੀ ਹੋ ਗਈ ਵੀਰੇ, ਤੇ ਜਿਹੜੀ ਇਹਦੀ ਮਾਂ ਸੀਗੀ ਉਹਦੇ ਥੱਲੇ ਦੁੱਧ ਕਿੰਨਾ ਸੀਗਾ ਤੇ ਤੁਹਾਡੇ ਕੋਲ ਹੀ ਸੀ ਉਹ? ਹਾਂਜੀ, ਸਾਡੇ ਕੋਲ ਹੀ ਸੀ, ਰਿਸ਼ਤੇਦਾਰ ਤੋਂ ਕੱਟੀ ਲੈ ਕੇ ਆਉਂਦੀ ਸੀਗੀ। ਠੀਕ ਹੈ। ਉਹ ਸੀ ਆਪਣੀ ਆਪਣੇ ਖਲੀ ਦਾ ਸ਼ਾਇਦ। ਹਾਂਜੀ ਹਾਂਜੀ, ਖਲੀ ਦਾ, ਉਹ ਖਲੀ ਦੀ ਸੀਗੀ ਜੀ। ਠੀਕ ਹੈ। ਉਹ ਮੰਨ ਲਾ ਖਲੀ ਦੀ ਦੋਧੀ ਹੈ ਜੀ, ਇਹ ਖਲੀ ਸਾਂ ਦੀ, ਇਹ ਦੋਧੀ ਹੈ। ਠੀਕ ਹੈ। ਹੁਣ ਇਹਦੇ ਆਪ ਜਿਹੜਾ ਸੀਮਨ ਭਰਾਇਆ ਆਪਾਂ M466 ਦਾ ਭਰਾਇਆ? ਹਾਂਜੀ, M466 ਦਾ ਪਹਿਲਾ ਬੱਚਾ ਆ ਜੀ, ਇਹ ਦੂਜਾ ਸੂਆ, ਆ ਪਹਿਲੇ ਸੂਏ ਦੀ ਕੱਟੀ ਅਰਜਨ ਦੀ। ਠੀਕ ਹੈ। ਇਹ ਅਰਜਨ ਕੁੰਗੜ ਦੀ? ਹਾਂਜੀ ਅਰਜਨ। ਠੀਕ ਹੈ। ਤੇ ਕੱਟੀਆਂ ਫਿਰ ਅੱਗੇ ਸੇਲ ਕਰ ਦਿੰਦੇ ਵਿੱਚੋਂ? ਨਹੀਂ, ਪਿੰਡ 'ਚ ਲੈ ਜਾਂਦੇ ਜਾਂ ਰਿਸ਼ਤੇਦਾਰ ਲੈ ਜਾਂਦੇ ਜੀ, ਆ ਕੱਟੀ ਆਪਣੇ ਪਿੰਡ ਦਾ ਡਾਕਟਰ ਆ ਜੀ। ਠੀਕ ਹੈ। ਇਹ ਲੈ ਗਿਆ ਸੀਗਾ ਜੀ 7 ਮਹੀਨੇ ਦੀ ਕੱਟੀ, ਆਪਾਂ ਤੋਂ 40,000 ਦੀ। ਅੱਛਾ, 7 ਮਹੀਨਿਆਂ ਦੀ 40,000 ਦੀ ਖਰੀਦ ਲਈ? ਹਾਂਜੀ ਹਾਂਜੀ। ਠੀਕ ਹੈ। ਫਿਰ ਮੱਝਾਂ ਚੰਗਾ ਦੁੱਧ ਦਿੰਦੀਆਂ ਕਰਕੇ, ਹੈ ਨਾ? ਮੱਝਾਂ ਹਾਂਜੀ 18 ਲੀਟਰ ਦਿੰਦੀਆਂ ਜੀ। ਠੀਕ ਹੈ। ਅੱਛਾ, ਇਹ ਝੋਟੀ ਦੂਜੇ ਸੂਏ ਕੀ ਸੁਣਾ ਇਹਨੇ? ਹਾਂਜੀ, ਦੂਜਾ ਸੂਏ। ਪਹਿਲੇ ਸੂਏ ਦੁੱਧ ਕਿੰਨਾ ਚੋਇਆ? 14-15 ਲੀਟਰ ਸੀ। 14-15 ਲੀਟਰ ਦੁੱਧ ਚੋਇਆ। ਇਹਦੀ ਮਾਂ ਦਾ ਦੁੱਧ ਕਿੰਨਾ ਦੱਸਿਆ ਸੀ? 19 ਲੀਟਰ ਸੀ। 19 ਲੀਟਰ ਦਾ ਦੁੱਧ ਸੀਗਾ। ਹਾਂਜੀ। ਕਿੰਨੇ ਕੁ ਦਿਨ ਲੈ ਜੂ ਵੀਰ ਹੁਣ ਇਹ? ਬਹੁਤ ਚੰਗੀ ਝੋਟੀ ਦੋਸਤੋ, ਜੇ ਤੁਸੀਂ ਇਹਦਾ ਢਾਂਚਾ ਦੇਖਦੇ ਹੋ ਤਾਂ ਤੁਹਾਡੇ ਪਸੰਦ ਆਊ। ਤੇ ਖਾਸ ਚੀਜ਼ ਜਿਹੜੀ ਹੁੰਦੀ ਹੈ ਦੁੱਧ ਵਾਲੇ ਪਸ਼ੂ ਦੀ, ਉਹ ਹੁੰਦੇ ਆ ਥਣ ਤੇ ਉਹਦਾ ਹਵਾਨਾ। ਥਣ ਦਾ ਸਾਈਜ਼ ਦੋਸਤੋ ਦੱਸਦਾ ਵੀ ਚੰਗੇ ਦੁੱਧ ਵਾਲੀ ਝੋਟੀ ਹੈ, ਪੂਰਾ ਵਧੀਆ ਥਣ, ਅਗਲਾ ਵੀ ਤੇ ਪਿਛਲੇ ਥਣ ਦੀ ਵੀ ਲੰਬਾਈ ਬਹੁਤ ਚੰਗੀ, ਮੋਟਾਈ ਜਿੰਨਾ ਕੁ ਜਾਇਜ਼ ਚਾਹੀਦਾ ਓਨਾ ਥਣ ਮੋਟਾ, ਸਿੰਗ ਬਿਲਕੁਲ ਕੁੰਡਾ, ਕਾਲੀ ਇੰਨੀ ਕੁ ਹੈ ਦੋਸਤੋ ਵੀ ਇਹਦੀ ਜਿਹੜੀ ਚਮਕ ਆ ਉਹ ਤੁਹਾਨੂੰ ਵੀਡੀਓ 'ਚ ਵੀ ਦਿਸਦੀ ਹੋਣੀ ਆ, ਹੱਦੋਂ ਵੱਧ ਬਲੈਕ ਇਹਦੀ ਚਮੜੀ ਹੈ, ਮੁਰਾ ਨਸਲ, ਪਿਓਰ ਮੁਰਾ ਇਹਨੂੰ ਮੰਨਾਂਗੇ, ਹਜੇ ਹਫ਼ਤਾ ਲੈਂਦੀ ਹੈ ਤੇ ਪਿੱਛੋਂ ਜੇ ਤੁਸੀਂ ਥਣ ਹਵਾਨਾ ਦੇਖਦੇ ਹੋ ਉਹ ਵੀ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਹੈ। ਖੋਲ ਲਈ ਬਾਈ, ਕੱਦ ਦੋਸਤੋ ਇਹਦਾ ਤੁਸੀਂ ਆਈਡੀਆ ਤੁਹਾਨੂੰ ਕਰਾ ਦਿਆਂਗੇ ਬਾਈ ਜਦੋਂ ਇਹਦੇ ਨਾਲ ਖੜ ਜੂਗਾ, ਜਦੋਂ ਇਹ ਬੰਨ ਤੀ ਵਾਪਸ ਲਿਆ ਕੇ, ਤਾਂ ਕਿ ਜਿਹੜਾ ਵੀਰ ਖਰੀਦਣ ਆਵੇ ਉਹਨੂੰ ਇਹਦੇ ਕੱਦ ਕਾਠ ਦਾ ਅੰਦਾਜ਼ਾ ਪਹਿਲਾਂ ਹੀ ਹੋਵੇ। ਪਸੰਦ ਆਉਣ ਵਾਲੀ ਚੀਜ਼ ਦੋਸਤੋ, ਮੂਰ ਤਰਗੀ ਝੋਟੀ ਹੈ, ਉੱਤੋਂ ਚੜਾਈ ਬਹੁਤ ਜ਼ਿਆਦਾ,
चंगा तो देश झोटी ने ऐड की देना है क्योंकि उत्तों खुली फुल है ते हवाना भी दोस्तों तुसी क्लीयर देख ही रहे हो कोई कमी नहीं हवाने दे विच एक नंबर दा इहदा हवाना जिहड़ा उह तैयार है। कोशिश तुहानूं करदा मैं इह जूम करके हवाना दिखाउण दी। सो दोस्तों मेरे देखण दे विच बहुत सोहनी झोटी जिन्हें खरीदनी है जरूर आयो पसंद थोड़े आनी अगों करके मोड़ लो वीर अगों ही मोड़ लो बहुत ज़्यादा कद काठ वाली दोस्तों पिट पुड़े की बनावट एक नंबर फुल बाई ने संभाली है आपकी पूरी मेहनत के उत्ते लाई है। थन का सैज दोनों पासों तो जो तुम देखोगे तो बहुत ज़्यादा वधिया बाकी अगे जाके फिर जो रुक जूगी तो थोनों कद का अंदाजा होजू बाकी वीर के नाल जो तुरदी है तो सिर तो लगभग दोस्तों मोढ़िया तो उच्चा चला जाता है ये तुम देख सकते हो बहुत वड्डे कद काठ की चंकी संभी भी चंकी झोटी जवराज दोस्तों प्यो फादरे का जवराज तो जे आप अगे दोस्तों देखते हैं यदा नाने वाले पक्ष तो देखना हो जरा खली तूर फार्म का क्योंकि यदि जी माँ सी उस झोटे की धी सी बहुत चंगे थान हवाने की दोस्तों क्लीयर दिसदा हवाना बहुत सोहना तो पूरे हवाने से नाड़ा दिसनगियां हवाना पछाण भी फुल कढ़ूगी भी खड़ी के नाल इतने हट जी हथ रख के दोस्तों कद का अंदाजा ला लो तुम बाई की हाइट देख सकते हो चंकी कद काठ वाला बाई तो नाल मोढ़े तो बराबर लगभग यह पहुँचती है पिछले पासों जो देखते हैं बस ठीक है वीरे। सो दोस्तों बहुत सोहनी झोटी जो कोई वीर पसंद करेगा नंबर स्क्रीन पर है हवाना हूँ भी देख लो दोस्तों ये पहले सूए 14-14.5 किलो दिता तो ऐतकी जी यदि तैयारी है वो हो सकता है भी कोई वीर लाइव का भी सोचे उम्मीद है तुम पसंद करोगे नंबर स्क्रीन पर है चंगे सीमन तो गब्बन है चंगे सीमन की आप चंकी संभाली झोटी बकाऊ। धन्यवाद वीडियो देखने।